100 ਕਿਲੋਮੀਟਰ ਦੂਰ ਤੋਂ ਆਉਣ ਵਾਲਿਆਂ ਨੂੰ ਤੁਸੀਂ ਟੈਂਕੀ ਤੇਲ ਫੁੱਲ ਕਰਕੇ ਦਿੰਦੇ ਹੋ, ਹਾਂ ਤੇ ਹਾਂ ਐਤਕੀ ਕੀ ਆਫਰ ਹੋ? ਐ ਜੀ, ਇਹ ਤੁਹਾਡੀ ਵੀਡੀਓ ਦੇਖ ਕੇ ਉਹਨੂੰ 90 ਤੇ ਪਾ ਦੇਣਗੇ ਤੇਲ, 90 ਤੇ ਡਬਲ ਫਾਇਦਾ ਨਾ ਆਪਣੇ। ਹਾਂਜੀ, ਜਿਵੇਂ 6-7 ਲੱਖ ਦਾ ਟਰੈਕਟਰ ਆਮ ਖਰੀਦਦੇ ਆਪਾਂ ਤੋਂ, ਹਾਂਜੀ 7 ਲੱਖ ਦਾ ਲਾਓ 6 ਲੱਖ ਦੇ, 1% ਦੇ ਨਾਲ 6,000 ਰੁਪਏ ਦਾ ਮੰਡੀ ਪਾਉਣਾ ਪੈਂਦਾ, ਉਹ ਬਚਤ। ਹੁਣ ਤੁਹਾਨੂੰ ਏਜੰਸੀ 'ਚ ਜਾਣ ਦੀ ਲੋੜ ਨਹੀਂ, ਨਵਾਂ ਟਰੈਕਟਰ ਤੇ ਹੁਣ ਤੁਹਾਨੂੰ ਬ੍ਰਾਂਚ ਟਰੈਕਟਰ ਸੇਲ ਪਰਚੇਜ ਤੋਂ ਹੀ ਜਮਾ ਨਵਾਂ ਟਰੈਕਟਰ ਮਿਲ ਜੂਗਾ, ਤੇ 1.5 ਘੰਟਾ ਚੱਲਿਆ ਹੋਇਆ ਤਕਰੀਬਨ। ਇਹਨਾਂ ਦੀ ਵੀ ਅਸੀਂ 3 ਟਰੈਕਟਰ ਸੱਚਾਈ ਨਾਲ ਵੇਚ ਚੁੱਕੇ ਹਾਂ ਇਹਦੀ ਵੀਡੀਓ ਤੇ। ਹਾਂਜੀ ਦੋਸਤੋ, ਸਾਰੇ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਬੱਬੂ, ਤੇ ਆਪਾਂ ਖੜੇਗੇ ਬੜਾਂ 'ਚ ਟਰੈਕਟਰ ਸੇਲ ਪਰਚੇਜ ਭਾਈ ਬਖਤੌਰ ਵਾਲਿਆਂ ਦੇ, ਤੇ ਜਿੱਥੇ ਬਾਈਆਂ ਦਾ ਬੜਾ ਘੈਂਟ ਕੰਮ ਆ ਤੇ ਬਹੁਤ ਪੁਰਾਣਾ ਗਾ, ਤੇ ਬਾਕੀ ਤੁਸੀਂ ਨਿਗਾਹ ਵੀ ਮਾਰ ਲਓ। ਤੇ ਇੱਥੇ ਪੁਰਾਣੇ ਟਰੈਕਟਰ ਬਾਈ ਜੀ ਖਰੀਦੇ ਜਾਂਦੇ ਨੇਗੇ ਤੇ ਵੇਚੇ ਵੀ ਜਾਂਦੇ ਨੇਗੇ। ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਤਾਂ ਲੋਨ ਵੀ ਕਰਵਾ ਸਕਦੇ ਹਾਂ। ਬਾਕੀ ਬਾਪੂ ਜੀ ਆਪਣੇ ਨਾਲ ਨੇਗੇ ਤੇ ਗੱਲਬਾਤ ਕਰਾਂਗੇ ਸਾਰੀ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ। ਠੀਕ ਹੈ ਬਾਪੂ ਜੀ, ਵਧੀਆ ਵਧੀਆ ਵਧੀਆ। ਤੇ ਮੇਲ ਲੋਕੇਸ਼ਨ ਬਾਪੂ ਜੀ ਕੀ ਆਪਣੀ? ਮੇਲ ਲੋਕੇਸ਼ਨ ਆਪਣੀ ਪਿੰਡ ਭਾਈ ਬਸਤੌਰ ਨੇੜੇ ਬਠਿੰਡਾ, ਇੱਧਰੋਂ ਮੌੜ ਮੰਡੀ ਨੇੜੇ, ਠੀਕ ਹੈ ਜੀ, ਤਲਵੰਡੀ ਸਾਬੋ, ਰਾਮਪੁਰਾ, ਮਾਨਸਾ ਤੇ ਬਠਿੰਡੇ ਦੇ ਸੈਂਟਰ 'ਚ ਹੈ ਇਹ, ਠੀਕ ਹੈ ਜੀ। ਮਸ਼ਹੂਰ ਪਿੰਡ ਨਾਲ ਮੈਸਰਖਾਨਾ, ਇੱਥੇ ਬੜਾ ਮੇਲਾ ਲੱਗਦਾ, ਹੁਣ ਵੀ ਲੱਗ ਰਿਹਾ ਇੱਥੇ, ਠੀਕ ਹੈ, ਨਾਲ ਉੱਥੇ ਪਿੰਡ ਹੈ, ਠੀਕ ਹੈ ਬਾਪੂ ਜੀ। ਜਿਵੇਂ ਪਿਛਲੇ ਟਾਈਮ 'ਚ ਜਾਈਏ ਆਪਾਂ ਬਾਪੂ ਜੀ, ਬਹੁਤ ਪੁਰਾਣਾ ਤੁਹਾਡਾ ਕੰਮ ਹੈਗਾ। ਹਾਂ, 37 ਸਾਲ ਪੁਰਾਣਾ ਕੰਮ ਹੈ, ਠੀਕ ਹੈ ਜੀ। 100 ਕਿਲੋਮੀਟਰ ਦੂਰ ਤੋਂ ਆਉਣ ਵਾਲਿਆਂ ਨੂੰ ਤੁਸੀਂ ਟੈਂਕੀ ਤੇਲ ਫੁੱਲ ਕਰਕੇ ਦਿੰਦੇ ਹੋ, ਹਾਂ, ਤੇ ਐਤਕੀ ਕੀ ਆਫਰ ਹੋ? ਐ ਜੀ, ਇਹ ਤੁਹਾਡੀ ਵੀਡੀਓ ਦੇਖ ਕੇ ਉਹਨੂੰ 90 ਤੇ ਪਾ ਦੇਣਗੇ ਤੇਲ, 90 ਤੇ। ਲੈ ਬਾਈ ਜੀ, ਜੇ ਕੋਈ ਵੀਰ ਟਰੈਕਟਰ ਖਰੀਦਣਾ ਚਾਹੁੰਦਾ ਗਾ, ਕਈ ਵੀਰ ਕਹਿ ਦਿੰਦੇ ਨੇਗੇ ਘੱਟੋ ਘੱਟ 4-5 ਹਜ਼ਾਰ ਰੁਪਏ ਦਾ ਸਾਡਾ ਟਰੈਕਟਰ ਤੇਲ ਹੀ ਖਾ ਜੂਗਾ, ਵੀ ਟਰੈਕਟਰ ਖਰੀਦਣ ਜਾਵਾਂਗੇ, ਤਾਂ ਹੁਣ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਹੈਗੀ। ਤੇ ਟਰੈਕਟਰ ਖਰੀਦਣਾ ਚਾਹੁੰਦੇ ਹੋ ਤਾਂ 90 ਕਿਲੋਮੀਟਰ ਦੂਰ ਵਾਲਿਆਂ ਨੂੰ ਤੇਲ ਦੀ ਟੈਂਕੀ ਫੁੱਲ ਦਿੱਤੀ ਜਾਊਗੀ, ਠੀਕ ਹੈ ਬਾਪੂ ਜੀ? ਇੱਥੇ ਡਬਲ ਫਾਇਦਾ ਨਾ ਆਪਣੇ। ਹਾਂਜੀ, ਜਿਵੇਂ 6-7 ਲੱਖ ਦਾ ਟਰੈਕਟਰ ਆਮ ਖਰੀਦਦੇ ਆਪਾਂ ਤੋਂ, ਹਾਂਜੀ 7 ਲੱਖ ਦਾ ਲਾਓ 6 ਲੱਖ ਦੇ, 1% ਦੇ ਨਾਲ 6,000 ਰੁਪਏ ਦਾ ਮੰਡੀ ਪਾਉਣਾ ਪੈਂਦਾ, ਉਹ ਬਚਤ, ਠੀਕ ਹੈ ਜੀ। ਤੇ ਨਾਲ 5,500 ਦਾ, 5,000 ਦਾ, 5-6 ਹਜ਼ਾਰ ਦਾ ਹੀ ਪੈ ਜਾਂਦਾ ਕਿਸੇ ਕਿਸੇ ਤਾਂ, ਠੀਕ ਹੈ ਜੀ। 6 ਤੇ 6, 12 ਦਾ ਫਾਇਦਾ ਹੈਗਾ, 12 ਹਜ਼ਾਰ ਰੁਪਏ। ਹਾਂ ਠੀਕ ਹੈ ਬਾਈ ਜੀ। ਤੇ ਜਿਵੇਂ ਆਪਾਂ ਕਹਦੇ ਆ ਫਾਇਦੇ ਫਾਇਦੇ ਨੇਗੇ, ਘੱਟੋ ਘੱਟ 15-20 ਹਜ਼ਾਰ ਦਾ ਤਾਂ ਸਿੱਧੀ ਬਾਤ, ਬਾਕੀ ਘਰੋਂ ਜਾਂਦੇ ਹੋ ਘਰੇ, ਤੁਹਾਨੂੰ ਪਤਾ ਹੀ ਹੈ ਘਰੋਂ ਬੰਦਾ ਗਲਤ ਕੰਮ ਤਾਂ ਕਰ ਹੀ ਸਕਦਾ, ਠੀਕ ਹੈ ਜੀ। ਮੇਨ ਲੋਕੇਸ਼ਨ ਪਤਾ ਲੱਗ ਜਾਂਦਾ, ਹਾਂ ਲੋਕੇਸ਼ਨ ਦਾ ਪਤਾ, ਘਰੋਂ ਆ ਕੇ ਬੰਦੇ ਨੂੰ ਤਸੱਲੀ ਹੋ ਜਾਂਦੀ, ਠੀਕ ਹੈ ਬਾਈ ਜੀ। ਤੇ ਵਧੀਆ ਟਰੈਕਟ ਆਪਣੇ ਚੰਬੇ ਕਰੇ ਹੈ, ਵਧੀਆ, ਠੀਕ ਹੈ ਜੀ। ਚਲੋ ਬਾਈ ਜੀ, ਆਪਾਂ 5310 ਤੋਂ ਗੇਅਰਪੁਰ ਵਾਲੇ ਤੋਂ ਸਟਾਰਟ ਕਰਾਂਗੇ, ਝੋਟਾ ਟਰੈਕਟਰ ਹੈਗਾ, ਤੇ ਟਰੈਕਟਰ ਦੀ ਕੰਡੀਸ਼ਨ ਵੀ ਚੈੱਕ ਕਰ ਲਓ ਬਾਈ ਜੀ। ਜਿਵੇਂ ਆਪਾਂ ਕਹਦੇ ਆ ਸ਼ੋਰੂਮ ਪੀ ਸਕ ਜਾਵਾਂ, ਤੇ ਮਾਡਲ ਬਾਪੂ ਜੀ ਇਹ ਮਾਡਲ 21 ਹੈ, ਤਾਂ ਵੀ 21 ਮਾਡਲ ਆ, ਫੁੱਲ ਟਾਪ ਮਾਡਲ ਗੇਅਰਪੁਰੋ ਆ, ਇਹ ਟਾਪ ਮਾਡਲ ਹੈ ਜਿਹਨੇ ਪਿਛਲੇ ਸਾਲ ਸੁਪਰ ਸੀਟਰ ਤੇ ਪੂਰੀ ਧੱਕ ਪਾਈ ਹੈਗੀ। ਤੇ ਜੇ ਟਾਇਰਾਂ ਦੀ ਗੱਲ ਕਰੀਏ ਬਾਪੂ ਜੀ, ਟਾਇਰ ਇਹਦੇ ਪੂਰੀ ਪਏ 90 ਪੈਸੇ ਟਾਇਰ ਹੈ, ਠੀਕ ਹੈ ਜੀ। ਨਾਲ ਦੇ ਟਾਇਰ ਤਾਂ ਨਹੀਂ ਹੈਗੇ ਬਾਪੂ ਜੀ? ਨਹੀਂ, ਨਾਲ ਦੇ ਟਾਇਰ ਹੀ ਇਹਦੇ ਤਾਂ, ਨਾਲ ਦੇ ਟਾਇਰ ਜੀ, ਠੀਕ ਹੈ। ਕਿੰਨੇ ਘੰਟੇ ਚੱਲੇ ਤਕਰੀਬਨ ਜੀ? ਘੰਟੇ ਤਾਂ ਕਿੰਨੇ ਘੰਟੇ ਚੱਲੇ ਦੇਖਿਆ ਨਹੀਂ ਗਿਆ, ਠੀਕ ਹੈ ਜੀ। 1100 ਘੰਟੇ ਚੱਲੇ, ਜਿਆਦਾ ਨਹੀਂ ਰਹਿੰਦੇ ਘੰਟੇ ਜਿਆਦਾ, ਠੀਕ ਹੈ। ਜਿਆਦਾ ਟਰੈਕਟਰ ਹੁੰਦੇ ਨੇ ਬਾਪੂ, ਹੋਰ ਸਪੀਡ, ਹੋਰ ਸਪੀਡ ਅੱਗੇ ਗੇ ਪ੍ਰੋ ਹੀ ਹੈ ਨਾ, ਠੀਕ ਹੈ ਜੀ। ਤੇ ਕੀ ਡਿਮਾਂਡ ਹੈ ਬਾਪੂ ਜੀ ਇਹਦੀ? ਇਹਦੀ ਡਿਮਾਂਡ ਹੈਗੀ 7,75,000 ਰੁਪਏ, 7,75,000 ਲੈਣ ਦੇਣ ਬਸ, ਠੀਕ ਹੈ ਜੀ। ਤੇ ਲਓ ਬਾਈ ਜੀ, ਕੰਡੀਸ਼ਨ ਚੈੱਕ ਕਰ ਲਓ, ਤੇ ਲੋਨ ਵਗੈਰਾ ਵੀ ਹੋ ਜੂ ਬਾਪੂ ਜੀ? ਹਾਂ, ਲੋਨ ਜੇ ਕਿਸੇ ਬੰਦੇ ਨੂੰ ਲੋੜ ਆ ਕਰਾ ਸਕਦਾ, ਕੋਈ ਧੱਕੇ ਨਾ ਕਿਸੇ ਦਾ ਨਹੀਂ, ਠੀਕ ਹੈ। ਕਿਸੇ ਬੰਦੇ ਨੂੰ ਲੋੜ ਆ, ਜ਼ਰੂਰਤ ਆ, ਕੋਈ ਚੀਜ਼ ਲੈਣੀ ਹੈ ਅੱਡ, ਕੋਈ ਬੰਦੇ ਪੈਸੇ ਲੋੜ ਦਾ ਕਰਾ ਸਕਦਾ, ਫਟਾਫਟ ਹੀ 2-3 ਦਿਨਾਂ 'ਚ ਹੀ ਲਾਉਣਾ ਹੋ ਜੂ, ਠੀਕ ਹੈ ਜੀ, ਗਰੰਟੀ ਨਾਲ, ਗਰੰਟੀ ਨਾਲ, ਠੀਕ ਹੈ ਜੀ। ਤੇ ਲਓ ਜੀ, ਅੱਗੇ ਇੱਕ ਹੋਰ 5310 ਆ ਗਿਆ, ਤੇ ਜ਼ਿਆਦਾਤਰ ਬਾਪੂ ਕੋਲੇ, ਬਾਪੂ ਜੀ ਕੋਲੇ ਜਿੰਨੇ ਵੀ ਟਰੈਕਟਰ ਹੁੰਦੇ ਨੇ ਜਾਂਦੇ ਜਾਂਦੇ ਆ, ਜੌਂਡੀਅਰ ਹੀ ਜ਼ਿਆਦਾ ਹੁੰਦੇ ਨੇਗੇ, ਤੇ PV31 ਮਾਨਸਾ ਦਾ ਨੰਬਰ, ਜਿੰਨੇ ਵੀ ਟਰੈਕਟਰ ਨੇ ਬਾਪੂ ਜੀ 50 ਨੰਬਰ ਹੀ ਨੇਗੇ, 50 ਨੰਬਰ, ਠੀਕ ਹੈ ਜੀ। ਤੇ ਮਾਡਲ ਦੀ ਗੱਲ ਕਰੀ ਬਾਪੂ ਜੀ, ਇਹ 17 ਮਾਡਲ ਹੈ, ਲੈ ਵੀ 17 ਮਾਡਲ ਆ, ਇਹ ਵੀ ਫੁੱਲ ਟਾਪ ਮਾਡਲ ਆ, ਤੇ 16 ਦੇ ਟਾਇਰਾਂ 'ਚ ਬਾਪੂ ਜੀ? ਹਾਂ, ਇਹ 16 ਟਾਇਰ, ਠੀਕ ਹੈ ਜੀ। ਤੇ ਕਿੰਨੇ ਕੁ ਪੈਸੇ ਪੈਣੇ ਬਾਪੂ ਜੀ ਟਾਇਰ? ਟਾਇਰ ਹੋਣਗੇ 75 ਪੈਸੇ ਇਹਦੇ, ਲੈ ਵੀ 75 ਪੈਸੇ ਟਾਇਰ ਨੇਗੇ,
ਤੇ ਰੰਗ ਪੇਂਟ ਦਾ ਬਾਪੂ ਜੀ? ਨਾ ਨਾ ਰੀਜਨਲ ਸਾਰਾ ਠੀਕ ਹੈ ਜੀ, ਸਾਰਾ ਰੀਜਨਲ ਹੈਗਾ। ਬੈਂਪਰ ਤੇ ਪੇਂਟ ਹੋਇਆ? ਠੀਕ ਹੈ ਜੀ, ਬੈਂਪਰ ਦਾ ਜਿਵੇਂ ਆਪਾਂ ਕਹਿੰਦੇ ਲਿੰਕਾਂ ਤੇ ਬੈਂਪਰ ਬਾਈ ਜੀ ਆਮ ਟਰੈਕਟਰਾਂ ਦੇ ਪੇਂਟ ਹੋ ਹੀ ਜਾਂਦੇ ਨੇਗੇ ਟੋਪ ਮਾਡਲਾਂ ਦੇ ਨਾਲ, ਸਾਰਾ ਸਮਾਨ ਐਵੇਂ ਚੁੱਕ। ਠੀਕ ਹੈ ਜੀ, ਬਾਕੀ ਸਿਸਟਮ ਵਗੈਰਾ ਹੁੱਡ ਵਗੈਰਾ ਪੂਰੀ ਵਧੀਆ ਵਾਲੀ ਲੱਗੀ ਹੋਈ ਹੈ ਬਾਈ ਜੀ। 6,65,000 ਰੁਪਇਆ ਰੇਟ ਹੈ। ਠੀਕ ਹੈ ਜੀ, 6,65,000 ਰੁਪਇਆ 17 ਮਾਡਲ। 17 ਮਾਡਲ ਹਾਂ। ਠੀਕ ਹੈ ਜੀ, ਤੇ ਅੱਗੇ ਆ ਬਾਈ ਜੀ 855 ਝੋਟਾ ਟਰੈਕਟਰ ਹੈ, ਤੇ ਕੰਡੀਸ਼ਨ ਇਹਦੇ ਵੀ ਚੈੱਕ ਕਰ ਲਓ ਬਾਈ ਜੀ, ਜਮਾਂ ਨਵੇਂ ਵਾਂਗ ਤੱਕ ਨਾਲ ਦੇ ਟਾਇਰ ਹੈ ਜੀ, ਇਹਦੇ ਵੀ ਨਾਲ ਦੇ 18 ਮਾਡਲ ਹੈ। 18 ਮਾਡਲ ਆ, ਫੁੱਲ ਟੋਪ ਮਾਡਲ ਆ, ਪੰਜਾਬ ਨੰਬਰ ਇੰਜੀਨੀਅਰ ਦਾ ਬਾਪੂ ਜੀ ਕਹਿਣ ਦੀ ਲੋੜ ਨਹੀਂ। ਬਹੁਤ ਵਧੀਆ ਸਰ ਆ ਜਮਾਂ। ਠੀਕ ਹੈ, 14 ਦੇ ਟਾਇਰਾਂ 'ਚ ਕਿੰਨੇ ਕੁ ਪੈਸੇ ਪਏ ਬਾਪੂ ਜੀ ਟਾਇਰ? ਟਾਇਰ ਤਾਂ ਇਹਦੇ ਪਏ ਹੋਣਗੇ 90 ਪੈਸੇ। ਠੀਕ ਹੈ ਜੀ, 90 ਪੈਸੇ ਟਾਇਰ ਪਏ ਨੇਗੇ, ਤੇ ਕੀ ਡਿਮਾਂਡ ਆ ਬਾਪੂ ਜੀ ਇਹਦੀ? ਇਹਦੀ 5,90,000। 5,90,000 ਰਿਵਰਸ ਪੀਡੀਓ, ਡੇਗੀ ਚੁੱਲ੍ਹੇ ਵਾਲਾ ਜਿਹਦੀ ਡਿਮਾਂਡ ਵੱਧ ਆ ਗਈ। ਹਾਂ, ਡੇਗੀ ਚੁੱਲ੍ਹੇ ਵਾਲਾ ਹੈ। ਠੀਕ ਹੈ ਜੀ, ਤੇ ਬਾਕੀ ਜਿੰਨੇ ਟਰੈਕਟਰ ਹੁੰਦੇ ਟੇਪ ਵਗੈਰਾ ਤਾਂ ਬਾਪੂ ਜੀ ਸ਼ੌਂਕ ਨੂੰ ਹੁੰਦੀ ਹੈ ਨਾ, ਹਰੇਕ ਦੇ ਵੈਸੇ ਟੇਪ ਬਾਈ ਜੀ ਹੁੰਦੀ ਹੈਗੀ, ਤੇ ਇਹ ਵੀ ਹੁੰਦੀ ਹੈਗੀ ਬਾਈ ਜੀ, ਕਈ ਵਾਰ ਅਗਲਾ ਕੋਈ ਚੀਜ਼ ਧਰ ਲੈਂਦਾ ਚਿਹਰੀ ਟਵਰ ਪਕਾਏ ਜਾਂਦੇ ਨੇ। ਤੇ ਅੱਗੇ ਕਹੇ ਬਾਈ ਜੀ 5,210, ਇਹ ਵੀ PV31 ਮਾਨਸਾ ਦਾ ਨੰਬਰ ਹੈਗਾ। ਜ਼ਿਆਦਾਤਰ ਬਾਪੂ ਜਿੰਨੇ ਟਰੈਕਟਰ ਹੁੰਦੇ ਨੇ ਮਾਨਸਾ ਨੰਬਰ ਦੀ ਹੁੰਦੀ, ਮਾਨਸਾ ਹੀ ਜ਼ਿਆਦਾ ਹੁੰਦੇ ਆ। ਠੀਕ ਹੈ ਜੀ, ਤੇ ਇਹ ਮਾਡਲ ਬਾਪੂ ਜੀ 20 ਮਾਡਲ ਹੈ, ਇਹ ਵੀ 20 ਮਾਡਲ ਹੈ, ਤੇ ਟਾਇਰ ਟੱਪੇ ਬਾਪੂ ਜੀ? ਟਾਇਰ ਵਧੀਆ ਪਿਆ, ਟਾਇਰ ਬਹੁਤ ਪਿਆ ਜੀ। ਠੀਕ ਹੈ ਜੀ, ਟਾਇਰ ਪੈਣੇ ਬਾਈ ਜੀ 80-85 ਪੈਸੇ ਟਾਇਰ ਪੈਣਗੇ, 52-10। ਤੇ ਕੀ ਡਿਮਾਂਡ ਆ ਬਾਪੂ ਜੀ? ਇਹ ਡਿਮਾਂਡ 7,00,000 ਰੁਪਏ। 7,00,000 ਰੁਪਇਆ, ਤੇ ਮਾਡਲ ਬਾਪੂ ਜੀ? ਮਾਡਲ 20 ਹੈ, 20 ਫੁੱਲ ਟੋਪ ਮਾਡਲ, 4 ਸਪੀਡ ਆ, ਗੇਅਰ ਪ੍ਰੋ ਹੈ ਵੀ। ਠੀਕ ਹੈ, 4 ਸਪੀਡ ਆ ਤੇ ਗੇਅਰ ਪ੍ਰੋ ਹੈਗਾ, ਤੇ ਬਾਕੀ ਕੱਪੜੇ ਵਾਲੀ ਸਾਤਰੀ ਲੱਗੀ ਹੋਈ, ਜਿਹਦੇ ਨਾਲ ਨਾ ਹੋਊਗੇ ਉਹਦੇ ਨਾਲ ਵੀ ਸਾਤਰੀ ਪੈਸੇ ਮਿਲ ਹੀ ਜਾਊਗੀ। ਹਾਂ ਹਾਂ, ਮਿਲ ਜੂ। ਤੇ ਅੱਗੇ ਕਹੇ ਬਾਈ ਜੌਂਡੀਅਰ 54-05, ਤੇ ਮਾਡਲ ਬਾਪੂ ਜੀ? 21 ਮਾਡਲ ਆ, ਟੋਪ ਮਾਡਲ ਹੈ। ਠੀਕ ਹੈ ਜੀ, ਇਹ ਤਾਂ ਕਹਿੰਦੇ ਲੋੜ ਨਹੀਂ ਨਾ ਬਾਪੂ ਜੀ, ਇਹ ਤਾਂ ਬਾਈ ਜੀ ਬੰਪਰ ਵੀ ਨਹੀਂ ਪੈਂਟ ਹੋਇਆਗਾ, ਬਾਕੀ ਚੈੱਕ ਕਰਵਾ ਦਿਓ। ਹਾਂ, ਇਹਦੇ ਬੰਪਰ ਵੀ ਨਹੀਂ ਰੰਗ ਰਿਹਾ। ਠੀਕ ਹੈ ਜੀ, ਤੇ ਟਾਇਰ ਟੱਪੇ ਬਾਪੂ ਜੀ? ਟਾਇਰ ਫੁੱਲ ਹੀ ਪਿਆ, ਤਾਂ ਨਵਾਂ ਹੀ ਪੈਟ ਰਿਹਾ। ਠੀਕ ਹੈ, ਇਹ ਵੀ ਨਵੀਂ ਪਿਆ ਹੈਗਾ, ਤੇ ਲਓ ਵੀ ਬਾਕੀ ਚੈੱਕ ਕਰ ਲਓ ਕੰਡੀਸ਼ਨ। ਤੇ ਕੀ ਡਿਮਾਂਡ ਆ ਬਾਪੂ ਜੀ ਇਹਦੀ? 8,65,000 ਰੁਪਇਆ ਜੀ। 8,65,000 ਰੁਪਇਆ, ਇਹ ਵੀ 4 ਸਪੀਡ 'ਚ ਬਾਪੂ ਜੀ? 4 ਸਪੀਡ, 4 ਸਪੀਡ, ਇਹ ਵੀ 4 ਸਪੀਡ ਆ, ਤੇ ਅਲੱਗ ਦੇ ਕਲੱਚ ਵਾਲਾ। ਤੇ ਅੱਗੇ ਕਹੇ ਬਾਈ ਜੀ ਚੇਂਜਰ ਗੇਅਰ ਵਾਲਾ ਝੋਟਾ ਟਰੈਕਟਰ, 60 horsepower ਦਾ, HDM ਵਾਲਾ, ਘੱਟ ਖਰਚੇ ਵਾਲਾ, 60 ਦਾ, 20 ਮਾਡਲ ਆ, PV31 ਮਾਨਸਾ ਦਾ ਨੰਬਰ ਹੀ ਹੈ ਵੀ। ਤੇ ਟਾਇਰ ਟੱਪੇ ਬਾਪੂ ਜੀ? ਟਾਇਰ ਇਹਦੇ ਫੁੱਲੋਂ ਵੀ ਪਏ ਆ ਬਸ। ਠੀਕ ਹੈ ਜੀ, ਇਹਦੇ ਵੀ ਪੈਸੇ ਬਣ ਕੇ ਚੱਲੋ, ਵੀ 80-85 ਪੈਸੇ ਟਾਇਰ ਇਹਦੇ ਪੈਣਗੇ ਚੇਂਜਰ ਵਾਲਾ ਬਾਈ ਜੀ। ਤੇ ਮਾਡਲ ਬਾਪੂ ਜੀ? 20 ਮਾਡਲ ਹੈ। ਤੇ ਕੀ ਡਿਮਾਂਡ ਆ ਜੀ ਇਹਦੀ? 6,75,000। 6,75,000 ਰੁਪਇਆ, ਚਲੋ ਵੀ ਬਾਕੀ ਚੈੱਕ ਕਰ ਲਓ। ਤੇ ਤੇਲ ਦੀ ਟੈਂਕੀ ਫੁੱਲ ਆ ਗਈ। ਤੇ ਅੱਗੇ ਕਿਹਾ ਬਾਈ ਜੀ ਝੋਟਾ ਟਰੈਕਟਰ 5-star 'ਚ 969, ਤੇ ਬਾਈ ਜੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਵੀ ਹਰਿਆਣਾ ਨੰਬਰ ਹੈ ਇਹ, ਹਰਿਆਣਾ ਨੰਬਰ 'ਚ। ਠੀਕ ਹੈ ਜੀ, ਤੇ ਬਾਕੀ ਜਿਵੇਂ ਕਿ ਬਾਪੂ ਜੀ ਨੇ ਪਹਿਲੇ ਦੱਸਤਾ ਹਰਿਆਣਾ ਨੰਬਰ ਹੈਗਾ, ਤੇ ਟਾਇਰ ਟੱਪੇ ਬਾਪੂ ਜੀ? ਟਾਇਰ ਤਾਂ ਨਵੇਂ ਪਏ। ਠੀਕ ਹੈ ਜੀ, ਨਵੇਂ ਵਾਂਗੂ ਟਾਇਰ ਪੈਣਗੇ, ਤੇ ਹਰਿਆਣਾ ਨੰਬਰ ਆ। ਤੇ ਮਾਡਲ ਬਾਪੂ ਜੀ? ਮਾਡਲ ਹੈਗਾ ਇਹ 21। 21 ਮਾਡਲ ਹੈਗਾ, ਝੋਟੇ ਗੇਅਰ ਵਾਲਾ, ਖੁੱਲ੍ਹੇ ਪਲੇਟਫਾਰਮ ਵਾਲਾ। ਅਤੇ ਕਮੈਂਟ ਜ਼ਰੂਰ ਕਰ ਦਿਓ ਬਾਈ ਜੀ ਕਿਹਦੀ ਕਿਹਦੀ ਪਸੰਦ ਦਾ ਟਰੈਕਟਰ ਹੈਗਾ ਇਹ, ਤੇ ਕੀ ਡਿਮਾਂਡ ਆ ਬਾਪੂ ਜੀ ਇਹਦੀ? 7,75,000 ਜੀ। 7,75,000 ਰੁਪਇਆ, ਚਲੋ ਵੀ ਬਾਕੀ ਚੈੱਕ ਕਰ ਲਓ ਕੰਡੀਸ਼ਨ, ਜਮਾਂ ਕੋਕਾ ਪੀਸ ਕਹਿ ਦਈਏ ਜਿਵੇਂ ਆਪਾਂ। ਤੇ ਅੱਗੇ ਕਹੇ ਬਾਈ ਜੀ ਜੌਂਡੀਅਰ 53-5, 53-05, ਮਾਡਲ 18, ਮਾਡਲ 18, ਤੇ ਬਾਕੀ ਕਨੋਪੀ ਵਗੈਰਾ ਲੱਗੀ ਹੋਈ ਹੈਗੀ, ਸਿਸਟਮ ਵਗੈਰਾ ਵੀ ਵਧੀਆ ਵਾਲਾ ਲੱਗਿਆ ਹੋਇਆ ਹੈਗਾ। ਤੇ ਟਾਇਰ ਟੱਪੇ ਬਾਪੂ ਜੀ? ਟਾਇਰ ਪਏ ਹੋਣਗੇ ਇਹਦੇ 60-65 ਪੈਸੇ। ਠੀਕ ਹੈ ਜੀ, 60-65 ਪੈਸੇ, ਤੇ ਬਾਈ ਜੀ ਜਿੰਨੇ ਟਰੈਕਟਰ ਹੈਗੇ ਨੇ ਵੈਸੇ ਟਾਇਰ ਵੱਧ ਹੀ ਨੇਗੇ, ਤੇ ਬਾਪੂ ਜੀ ਘੱਟ ਹੀ ਦੱਸਦੇ ਆ, ਘੱਟ ਹੀ ਦੱਸਦੇ ਨੇਗੇ। ਤੇ ਕੀ ਡਿਮਾਂਡ ਆ ਬਾਪੂ ਜੀ ਇਹਦੀ? ਇਹਦੀ 5,65,000 ਰੁਪਇਆ, 5,65,000, ਸਾਰਾ ਸਮਾਨ ਐਵੇਂ ਲੱਗਿਆ ਲਗਾਇਆ। ਠੀਕ ਹੈ ਜੀ, ਕੁਛ ਵੀ ਲਾਉਣਾ ਨਹੀਂ ਹੈਗਾ, ਲਾਭ ਆਵੇ ਦੀ। ਠੀਕ ਹੈ ਜੀ, ਚਲੋ ਵੀ ਬਾਕੀ ਚੈੱਕ ਕਰ ਲਓ। ਤੇ ਅੱਗੇ ਕਿਹਾ ਬਾਈ ਜੀ ਸਵਰਾਜ 855, 3 ਸਪੀਡ, ਰਿਵਰਸ ਪੀਟੀਓ, ਦੇਗੀ ਚੁੱਲ੍ਹੇ ਵਾਲਾ, ਫੁੱਲ ਟੋਪ ਮਾਡਲ। ਤੇ ਮਾਡਲ ਬਾਪੂ ਜੀ? 22 ਮਾਡਲ ਹੈ, ਫੁੱਲ ਟੋਪ ਮਾਡਲ, 22 ਮਾਡਲ ਆ ਬਾਈ ਜੀ।
ਤੇ ਟਾਇਰ ਟੱਪੇ ਬਾਪੂ ਜੀ ਨਵੇਂ ਹੀ ਬੈਟ ਰਾਈਟਰ ਦਾ ਜਾਂ ਵੀ, ਬਾਕੀ ਫਰੰਟ ਟਾਇਰਾਂ ਤੇ ਨਿਕਲ ਵੀ ਦੇ ਸਿਕੰਦਰਾ ਅਜੇ ਮਾੜਾ ਮੋਟਾ ਮਾਰਕਾ ਦੇਖ ਹੀ ਰਿਹਾ, ਰੜਕ ਰਿਹਾ ਇਹਦੇ ਉੱਤੇ। ਤੇ ਕੀ ਡਿਮਾਂਡ ਆ ਬਾਪੂ ਜੀ ਇਹਦੀ? 7,50,000 ਰੁਪਇਆ। ਲੈ ਵੀ 7.5 ਲੱਖ ਰੁਪਇਆ ਡਿਮਾਂਡ ਹੈਗੀ। ਤੇ ਝੋਟੇ ਗੇਅਰ ਵਾਲਾ ਤੇ ਅਲੱਗ ਦੇ ਕਲੱਚ ਵਾਲਾ, 3 ਸਪੀਡ ਚ ਕੰਡੀਸ਼ਨ ਪੂਰੇ ਕੋਕਾ ਪੀਸ ਪਈ ਗਿਆ, ਸ਼ੋਰੂਮ ਆ। ਤੇ ਜਿਵੇਂ ਆਪਾਂ ਕਹਿੰਦੇ ਹਾਰ ਪਾ ਕੇ ਲੈ ਜੇ ਕੋਈ ਗਵਾਂਢੀ ਜੱਜ ਨਹੀਂ ਕਰ ਨਵਾਂ ਸਕਦਾ। ਨਵਾਂ 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 ਠੀਕ ਹੈ ਜੀ। ਤੇ ਲਓ ਜੀ ਅੱਗੇ ਹੈਗਾ ਚੇਂਜਰ ਵਾਲਾ ਇੱਕ ਹੋਰ, 60 horsepower ਦਾ, HDM ਵਾਲਾ, ਘੱਟ ਖਰਚੇ ਵਾਲਾ, 22 ਮਾਡਲ ਹੈ, 22 ਮਾਡਲ। ਤੇ ਇਹਦੇ ਨਾਲ ਦੀ ਟਾਇਰ ਨੇ ਬਾਪੂ ਜੀ? ਹਾਂ ਨਾਲ ਦੇ ਤੁਹਾਨੂੰ ਜਮਾ ਹੀ ਨਵਾਂ, 125-30 ਘੰਟੇ ਚੱਲਿਆ ਹੋਣਾ, 35 ਘੰਟੇ ਵੱਧ ਤੋਂ ਵੱਧ। ਹੁਣ ਤੁਹਾਨੂੰ ਜਾਂਸੀ 'ਚ ਜਾਣ ਦੀ ਲੋੜ ਨ਀, ਘੱਟੋ ਘੱਟ ਇਹ ਚੇਂਜਰ ਟਰੈਕਟਰ ਗੇਅਰ ਮੰਗੇ, ਵਾਲਾ 30 ਸਪੀਡ ਹੈ, 1.5-2 ਲੱਖ ਰੁਪਏ ਦਾ ਫਾਇਦਾ ਹੋ ਜੂਗਾ ਇਹ ਜੇ ਲੈਣ ਹੋਵੇ। ਬਿਲਕੁਲ ਬਿਲਕੁਲ। ਲੈ ਬਈ ਹੁਣ ਤੁਹਾਨੂੰ ਜਾਂਸੀ 'ਚ ਜਾਣ ਦੀ ਲੋੜ ਨਹੀਂ, ਨਵਾਂ ਟਰੈਕਟਰ। ਤੇ ਹੁਣ ਤੁਹਾਨੂੰ ਬੜੈਂਚ ਟਰੈਕਟਰ ਸੇਲ ਪਰਚੇਜ ਤੋਂ ਹੀ ਜਮਾਂ ਨਵਾਂ ਟਰੈਕਟਰ ਮਿਲ ਜੂਗਾ। ਤੇ 1.5-2 ਘੰਟਾ ਚੱਲਿਆ ਹੋਇਆ ਤਕਰੀਬਨ। ਤੇ ਕੀ ਡਿਮਾਂਡ ਆ ਬਾਪੂ ਜੀ ਇਹਦੀ? ਇਹਦੀ 7,15,000। ਲੈ ਬਈ 7,15,000 ਰੁਪਇਆ ਡਿਮਾਂਡ ਆ, ਜਮਾਂ ਨਵਾਂ ਟਰੈਕਟਰ, ਜਮਾਂ ਨਵਾਂ ਟਰੈਕਟਰ ਹੈਗਾ। ਕਹਿੰਦੀ ਲੋੜ ਹੀ ਨਹੀਂ ਬਾਈ ਜੀ, ਹਾਰ ਪਾਓ ਤੇ ਘਰੇ ਲੈ ਜਾਓ। ਤੇ ਬਾਪੂ ਜੀ ਹੋਰ ਕਿੰਨੇ ਕੁ ਟਰੈਕਟਰ ਹੁੰਦੇ ਨੇ ਆਪਣੇ ਕੋਲੇ? ਟਰੈਕਟਰ ਕੋਲ ਆਪਣੇ ਕੋਲ 40-45 ਹੁੰਦੇ ਆ, 40-45 ਰੋਡੀ ਘਰਾਂ 'ਚ ਖੜੇ। ਕੁਛ ਇੱਧਰ ਤੁਸੀਂ ਵੀਡੀਓ ਘੱਟ ਬਣਾ ਰਹੇ ਹੋ, ਠੀਕ ਹੈ, ਟਾਈਮ ਬੜਾ ਲੱਗ ਜੂ, ਚਲੋ ਬਾਅਦ 'ਚੋਂ ਰੋਡੀ ਬਣਾ ਠੀਕ ਹੈ ਲਓਗੇ। ਠੀਕ ਹੈ ਜੀ, ਚਲੋ ਬਾਈ ਜੀ। ਤੇ ਬਾਕੀ ਬਾਪੂ ਜੀ ਨੂੰ ਇੱਕ ਵਾਰੀ ਮੌਕਾ ਜ਼ਰੂਰ ਦਿਓ, ਪੁਰਾਣਾ ਕੰਮ ਹੈਗਾ। ਤੇ ਠੀਕ ਹੈ ਬਾਪੂ ਜੀ, ਧੰਨਵਾਦ। ਵਪਾਰੀਆਂ ਨੂੰ ਬੇਨਤੀ ਕਰਦੇ ਆ, ਮੁੰਡੇ ਦੀ ਵੀਡੀਓ ਵੱਧ ਤੋਂ ਵੱਧ ਬਣਾਇਆ ਕਰੋ। ਠੀਕ ਹੈ ਜੀ, ਇਹਦਾ ਪੇਜ ਹੈਗਾ ਇਲਤੀ ਲਾਣਾ ਅੰਮ੍ਰਿਤ ਬੱਬੂ ਧੂਰੀ ਵਾਲਾ। ਠੀਕ ਹੈ ਜੀ, ਇਹਨਾਂ ਦੀ ਵੀ ਅਸੀਂ 3 ਟਰੈਕਟ ਸੱਚਾਈ ਨਾਲ ਵੇਚ ਚੁੱਕੇ ਹਾਂ ਇਹਦੀ ਵੀਡੀਓ 'ਤੇ ਵੀ, ਕਿਉਂਕਿ ਮੈਨੂੰ ਦੱਸ ਦਿੰਦੇ ਨਾ ਆ ਕੇ ਵੀ ਤੁਹਾਡੀ ਵੀਡੀਓ ਦੇਖੀ ਸੀ ਫਲਾਣੇ ਚੈਨਲ ਤੋਂ ਦੇਖੀ ਸੀਗੀ। ਠੀਕ ਹੈ, ਆ ਪਿਛਲੇ ਮਹੀਨੇ ਬਹੁਤ ਸੇਲ ਹੋਈ ਆਪਣੀ 45 ਟਰੈਕਟ ਨਾਲ ਸੇਲ ਹੋਈ ਹੈ। ਠੀਕ ਹੈ, ਹਾਂ ਉਹਦੇ ਵਿੱਚ ਤੁਹਾਡਾ ਵੀ ਯੋਗਦਾਨ ਹੈਗਾ 3 ਟਰੈਕਟਰਾਂ ਦਾ। ਠੀਕ ਹੈ ਬਾਪੂ ਜੀ, ਧੰਨਵਾਦ। ਧੰਨਵਾਦ ਤੁਹਾਡਾ। ਲਓ ਬਾਈ ਜੀ ਵੀਡੀਓ ਕਿਵੇਂ ਲੱਗੀ, ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ। ਮਿਲਦੇ ਕਿਸੇ ਨਵੀਂ ਵੀਡੀਓ, ਤਦ ਤੱਕ ਲਈ ਬਾਈ ਜੀ ਧੰਨਵਾਦ।